ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਟੋਫੂ ਦੀ ਰੈਸਪੀ। ਅਤੇ ਆਪਾਂ ਨੂੰ ਚਾਹੀਦਾ ਹੈ ਟੋਫੂ, ਸ਼ਿਮਲਾ ਮਿਰਚ, ਕੱਟੇ ਹੋਏ ਪਿਆਜ਼, ਟਮਾਟੋ, ਗਰੇਟਡ ਕੈਰਟਸ, ਹਰੀ ਮਿਰਚ ਅਤੇ ਅਦਰਕ। ਮਿਰਚ ਜੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਆ, ਅਤੇ ਜੇ ਤੁਸੀਂ ਹੋਰ ਵੈਜੀਟੇਬਲਸ ਐਡ ਕਰਨੇ ਹੋ ਉਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਇਓ। ਆਪਾਂ ਨੇ ਜੀ ਕੜਾਹੀ 'ਚ ਤੜਕੇ ਲਈ ਓਇਲ ਪਾਤਾ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਜ਼ੀਰਾ, 2 ਚਮਚ, ਆਪਾਂ ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਰੋਸਟ ਹੋਣ ਦੇਵਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼। ਜਿੰਨੀ ਦੇਰ ਆਪਣਾ ਪਿਆਜ਼ ਭੁੰਨ ਰਿਹਾ ਉਨੀ ਦੇਰ ਆਪਾਂ ਗੱਲ ਕਰਦੇ ਹਾਂ ਵਟ ਇਜ਼ ਟੋਫੂ ਮੇਡ ਫਰੋਮ। ਟੋਫੂ ਇਜ਼ ਮੇਡ ਫਰੋਮ ਡਰਾਈਡ ਸੋਇਬੀਨ ਦੈਟ ਆਰ ਸੋਕਡ ਇਨ ਵਾਟਰ, ਕਰਸ਼ਡ ਐਂਡ ਬੋਇਲਡ। ਦ ਮਿਕਸਚਰ ਇਜ਼ ਸੈਪਰੇਟਡ ਇਨ ਟੂ ਸੋਲਿਡ ਪਲਪਸ ਐਂਡ ਸੋਇਆ ਮਿਲਕ। ਜਿੰਨੀ ਦੇਰ ਆਪਣਾ ਪਿਆਜ਼ ਭੁੰਨ ਹੋ ਰਿਹਾ ਹੈ ਉਨੀ ਦੇਰ ਆਪਾਂ ਆਪਣੇ ਟੋਫੂ ਨੂੰ ਸਮਾਰ ਕੇ ਧੋ ਲੈਂਦੇ ਹਾਂ। ਚਲੋ ਜੀ, ਆਪਣਾ ਹੁਣ ਟੋਫੂ ਸਮਾਰ ਕੇ ਧੋਇਆ ਗਿਆ, ਅਤੇ ਹੁਣ ਆਪਾਂ ਦੇਖਦੇ ਹਾਂ ਆਪਣੇ ਪਿਆਜ਼ਾਂ ਦਾ ਕੀ ਬਣਿਆ। ਪਿਆਜ਼ ਆਪਣੇ ਥੋੜ੍ਹੇ ਜਿਹੇ ਨਰਮ ਹੋ ਗਏ, ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ, ਆਪਾਂ ਨੇ ਨਾਲ ਦੀ ਨਾਲ ਇਹਨਾਂ 'ਚ ਕੈਰਟਸ ਪਾ ਦੇਣੀਆਂ ਨੇ। ਅਤੇ ਹੁਣ ਆਪਾਂ ਕਰਾਂਗੇ ਕੈਰਟਸ ਨੂੰ ਸਟਰ। ਕੈਰਟਸ ਨੂੰ 2 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਪਾ ਦਾਂਗੇ ਕੈਪਸੀਕਮ। ਕੈਪਸੀਕਮ ਨੂੰ ਆਪਾਂ 2-3 ਮਿੰਟ ਲਈ ਪਕਾਵਾਂਗੇ, ਅਤੇ ਜਿੰਨੀ ਦੇਰ ਇਹ ਪੱਕ ਰਿਹਾ ਹੈ ਉਨੀ ਦੇਰ ਆਪਾਂ ਆਪਣੇ ਟੋਫੂ ਨੂੰ ਸਕ੍ਰੈਂਬਲ ਕਰ ਲਾਂਗੇ, ਕਿਉਂਕਿ ਆਪਾਂ ਬਣਾਵਾਂਗੇ ਟੋਫੂ ਦੀ ਭੁਰਜੀ ਪਨੀਰ ਭੁਰਜੀ ਵਾਂਗ। ਚਲੋ ਜੀ, ਆਪਾਂ ਨੇ ਟੋਫੂ ਨੂੰ ਕਰ ਲਿਆ ਸਕ੍ਰੈਂਬਲ। ਸਬਜ਼ੀਆਂ ਨੂੰ 2-3 ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਆਪਣੀ ਸਬਜ਼ੀਆਂ ਬਣ ਗਈਆਂ। ਇੱਥੇ ਆਪਾਂ ਆਪਣੀ ਸਬਜ਼ੀਆਂ ਨੂੰ ਚੈੱਕ ਕਰਦੇ ਹਾਂ ਵੀ ਇਹ ਚੰਗੀ ਤਰ੍ਹਾਂ ਕੁੱਕ ਹੋ ਗਈਆਂ ਕਿ ਨਹੀਂ। ਕੈਪਸੀਕਮ ਹਜੇ ਇੱਥੇ ਥੋੜ੍ਹੀ ਜਿਹੀ ਅਨਕੁੱਕਡ ਆ, ਸੋ ਆਪਾਂ ਇਹਨੂੰ ਥੋੜ੍ਹਾ ਹੋਰ ਕੁੱਕ ਕਰਦੇ ਹਾਂ। ਚਲੋ ਜੀ, ਆਪਾਂ ਇਹਨੂੰ 2 ਮਿੰਟ ਹੋਰ ਪਕਾ ਲੈਂਦੇ ਹਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ, ਹਰੀ ਮਿਰਚ ਅਤੇ ਅਦਰਕ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਟੇਬਲ ਸਪੂਨ ਹਲਦੀ ਦੇ, ਅਤੇ ਆਪਾਂ ਇਹਨੂੰ ਸਮਾਰ ਕੇ ਭੁੰਨਾਂਗੇ ਸੋ ਇਹਦਾ ਕੱਚੀ ਹਲਦੀ ਦਾ ਟੇਸਟ ਨਾ ਆਵੇ। ਜਿੰਨੀ ਦੇਰ ਆਪਣੀ ਹਲਦੀ ਭੁੰਨ ਹੁੰਦੀ ਆ ਉਨੀ ਦੇਰ ਮੈਂ ਤੁਹਾਨੂੰ ਦੱਸੂੰਗੀ ਵਟ ਆਰ ਦਾ ਬੈਨੀਫਿਟਸ ਆਫ ਈਟਿੰਗ ਟੋਫੂ। ਟੋਫੂ ਇਜ਼ ਅ ਗੁੱਡ ਸੋਰਸ ਆਫ ਪ੍ਰੋਟੀਨ ਐਂਡ ਕੈਲਸ਼ੀਅਮ ਐਂਡ ਕੰਟੇਨਸ ਆਲ 9 ਇਸੈਸ਼ਨਲ ਅਮੀਨੋ ਐਸਿਡ। ਇਟ ਇਜ਼ ਆਲਸੋ ਅ ਵੈਲਿਊਬਲ ਪਲੈਂਟ ਸੋਰਸ ਆਫ ਆਇਰਨ ਐਂਡ ਕੈਲਸ਼ੀਅਮ ਐਂਡ ਦ ਮਿਨਰਲਸ ਐਂਡ ਫਾਸਫੋਰਸ। ਇਨ ਅਡੀਸ਼ਨ ਟੂ ਦਿਸ ਇਟ ਆਲਸੋ ਕੰਟੇਨਸ ਮੈਗਨੀਜ਼ੀਅਮ, ਜ਼ਿੰਕ ਐਂਡ ਵਿਟਾਮਿਨ B1। ਸੋ ਵੈਜੀਟੇਰੀਅਨ ਪੀਪਲ ਨੂੰ ਇਹ ਆਪਣੇ ਡਾਇਟ ਦੇ ਵਿੱਚ ਜ਼ਰੂਰ ਲਿਆਉਣਾ ਚਾਹੀਦਾ। ਮਸਾਲਾ ਆਪਣਾ ਸਮਾਰ ਕੇ ਭੁੰਨ ਹੋ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟੋਫੂ। Thank you.
ते हुन आप अपने टेस्ट दे अकॉर्डिंग सॉल्ट पावांगे। ते हुन आप इहदे विच पा लांगे 2 चम्मच पानी दे, ता जो अपना मसाला समार के रल जावे ते अपना टोफू मॉइस्चराइज्ड रहे। सो इत्थे आप पावांगे 1/2 टीस्पून ऑफ गरम मसाला, ते इच आप पावांगे 1 स्पून सुक्या होया धनिया पाउडर। तुसी इच हरा धनिया भी पा सकते हो। ते जे थानू टोफू नहीं वधिया लगदा तो मैं थानू एक छोटा ट्विस्ट दसदी हाँ। तुसी इहदे विच सिनेमन 1/2 टेबल स्पून सिनेमन पाउडर पायो, जाने के दालचीनी पाउडर। हुण आपां इहनूं चंगी तरह हिला लैंदे हां। ते तुसी सिनेमन पाउडर जरूर पा के देखियो, उहदा टेस्ट बहुत चेंज हो जांदा ते बहुत स्वाद लगदी आ। चलो जी, हुण आपां इहनूं ढक के लो हीट ते 2 मिंट लई पका लैंदे हां। देखो जी, बन के किन्नी सोहनी तैयार होगी। ते तुसी वी इहनूं खायो ते सेम एवें बनायो ते टोफू दे बेनीफिट्स लो। ते हुण आपां इहनूं करदे हां सर्व। चलो जी, कुक होके तैयार ने ते इहदा अरोमा भी बहुत सोहना आ रहा है। ते जी करदा हुणे इहनूं खा लईए। ये देखण नूं भी बहुत सोहने लगदे ने ते थोड़े मुँह च पानी भी आया होना है जरूर। ते तुसी बनाओ ते खाओ ते इह जी होर डिलीशियस रेसिपी देखण नूं मेरे चैनल आशमित व्लॉग नूं सबसक्राइब करो, लाइक करो, शेयर करो। ते मिलदे हां एक नवीं वीडियो च नवीं रेसिपी दे नाल। ते हुण तक लई सारिआं नूं सत श्री अकाल, बाय बाय।